ਰਿਵਰ ਤਾਂ ਇਹ ਗਾਂ ਜਾਂਦੀਆਂ ਪਈਆਂ ਮਾਸ਼ਾਅੱਲਾ ਸਾਰੀਆਂ ਪੇਵਰ ਸਾਹੀਵਾਲ ਵਾਲੀਆਂ ਇਹਦੇ ਵੇਖੋ ਨਾ, ਅਤੇ ਕੋਈ ਇਹਦੇ ਵਿੱਚ ਚੋਲਿਸਤਾਨੀ ਹਨ, ਕੋਈ ਸਾਹੀਵਾਲ ਵਾਲੀਆਂ ਪਈਆਂ ਇਹਦੇ ਵੇਖ, ਮਾਸ਼ਾਅੱਲਾ ਪੂਰਾ ਰੋਡ ਮਿਲਦੀ ਰਹਿੰਦੀਆਂ ਨੇ, ਇਦਵਾ ਜਾਂਦੀਆਂ ਪਈਆਂ ਨਾ, ਚੈੱਕ ਕਰੋ ਖਲੋ ਤਿੰਨ ਮਾਸ਼ਾਅੱਲਾ ਐ ਬੜੀ ਖੂਬਸੂਰਤ ਲੱਗਦੀਆਂ ਪਈਆਂ ਬਣਾ ਦਿੰਦੇ ਐ, ਚੈੱਕ ਕਰੋ ਜਿੱਥੋਂ ਟਾਪ ਜਾਣ ਖੈਰ ਨਾ ਰੋਡ ਪੂਰਾ ਮਾਲ ਲੈਂਦੇ ਹਾਂਜੀ ਵੀਵਰਸ, ਇਹ ਨਿੱਕੇ ਨਿੱਕੇ ਬੱਚੇ ਪਿੱਛੋਂ ਹੀ ਜਨਮ ਦੀਆਂ ਪੈਂ ਅਤੇ ਉਹ ਘਰਾਂ ਵਾਂਦੀਆਂ ਪੈਂ ਨਾ ਨਾਊਜ਼ ਬਿੱਲਾ ਆਏ ਮੇਰੇ ਸ਼ੇਖ ਮਾਰੋ ਜੀ ਬਿਸਮਿਲ੍ਲਾ ਵੀਵਰ, ਮੈਂ ਹਾਂ ਮੁਹੰਮਦ ਅਸਗਰ ਫਰੇਲੀ, ਅਤੇ ਤੁਸੀਂ ਮੈਂ ਦੇਖੋ ਮੇਰਾ ਯੂਟਿਊਬ ਚੈਨਲ ਪੰਜਾਬੀ ਬਾਈਕੀ, ਅਤੇ ਕੀ ਹਾਲ ਹਨ, ਖੈਰੀਅਤ ਤਬੀਅਤ ਸਿਹਤ ਠੀਕ ਹੈ, ਸੁਣਾਓ ਮੌਸਮ ਦੇ ਕਿਵੇਂ ਹਾਲਾਤ ਨੇ ਤੁਹਾਡੇ ਕੋਲ? ਸਾਡੇ ਕੋਲ ਅੱਲਾ ਪਾਕ ਦਾ ਸ਼ੁਕਰ ਮੌਸਮ ਬੜਾ ਫਿੱਟ ਹੋ ਗਿਆ, ਅੱਜ ਮੈਂ ਆਇਆ ਨਵੇਂ ਹੈਡ 'ਤੇ, ਅਤੇ ਸਾਵੇਂ ਪੇਰਮ ਦੇ ਉੱਪਰ ਦਰਿਆ ਵਾ ਦੇਖੋ ਬੜੀ ਖੂਬਸੂਰਤ ਸੀਨਰੀ, ਦਰਿਆ ਵਿੱਚ ਅੱਜ ਕੱਲ੍ਹ ਤਾਂ ਪਾਣੀ ਥੋੜ੍ਹਾ ਜਿਹਾ ਘੱਟ ਹੈ, ਪਰ ਇਨਸ਼ਾਅੱਲਾ ਅਨ ਕਰੀਬ ਪਾਣੀ ਮੋੜ ਵੱਧ ਜਾਸੀ, ਤਾਂ ਤੁਸੀਂ ਸੁਣਾਓ ਤੁਹਾਡੇ ਕੋਲ ਕੀ ਹੋ ਜਾਏ ਮੌਸਮ, ਕਿਵੇਂ ਹਾਲਾਤ ਨੇ, ਕਣਕਾਂ ਛਣਕਾਂ ਕੁੰਝ ਰਹੀਆਂ ਨੇ, ਕੋਈ ਨਹੀਂ ਕੁੰਝ ਰਹੀਆਂ, ਨਿਮਾਜ਼ਾਂ ਪੜ੍ਹਦੇ ਪਿਓ ਜਾਂ ਕੋਈ ਨਹੀਂ ਪੜ੍ਹਦੇ ਪਿਓ, ਅਗਰ ਨਹੀਂ ਪੜ੍ਹਦੇ ਪਿਓ ਤਾਂ 5 ਵਕਤ ਦੀ ਨਿਮਾਜ਼ ਪੜ੍ਹੀ ਕਰੋ, ਵੀਵਰ ਇਹ ਮੇਰੇ ਨਾਲ ਹੀ ਹੁੰਦੀ ਪੈਣ ਗਾਂ, ਅਤੇ ਆਓ ਮੇਰੇ ਤੁਹਾਨੂੰ ਵੀ ਖਾਈ ਨਾ ਗਾਂ, ਤੁਸੀਂ ਸਾਡੇ ਨਾਲ ਰਹਿਣਾ, ਇਹ ਅੱਜ ਕੱਲ੍ਹ ਜਿਹੜੇ ਬੰਦੇ ਨੇ ਇੱਥੇ ਆਏ ਹੁੰਦੇ ਨੇ ਗਾਂ ਛਾਣੀ ਇੱਥੇ ਉਹਦੇ ਨਾਲ ਚਰਾਈਂਦੇ ਚੁਰੰਦਰ ਨਾ, ਅਤੇ ਉਦੋਂ ਮੋੜੇ ਬਹਾਵਲ ਨਗਰ 'ਚ ਆਉ ਜਾਂਦੇ, ਮੈਂ ਆਓ ਤੁਹਾਨੂੰ ਗਾਂ ਵੀ ਖਾਈ ਨਾ, ਬੜੀ ਮਜ਼ੇਦਾਰ ਹੈ ਗਾਂ, ਤੁਸੀਂ ਸਾਡੇ ਨਾਲ ਰਹੋ, ਅਤੇ ਅਗਰ ਤੁਹਾਨੂੰ ਇਹ ਗਾਂ ਪਸੰਦ ਆ ਜਾਣ ਤੁਸੀਂ ਸਾਡਾ ਫੀਡਬੈਕ ਜ਼ਰੂਰ ਦੇਣਾ, ਆਇਆ ਕਿ ਤੁਹਾਨੂੰ ਮੇਰਾ ਵੀ ਲਾਸਟ ਪਸੰਦ ਆਇਆ ਜਾਂ ਨਹੀਂ ਆਇਆ, ਵੀ ਵਰਤੇ ਚੈੱਕ ਕਰੋ ਹਿਲੀ ਹੋਈਆਂ ਇਹਦੀਆਂ ਨਾ, ਉਹ ਬੰਦਾ ਅੰਦਰ ਬੈਠਾ ਵਾ, ਇੱਥੋਂ ਲੈ ਜਾ ਸੀ ਘੱਟਾ ਹੀ ਘੱਟਾ ਉਡਾਈ ਜਾਂਦੇ ਆ, ਇਹ ਚੈੱਕ ਕਰੋ ਸਾਰੀਆਂ ਨਸਲ ਦੀਆਂ ਗਾਂ, ਇੱਥੋਂ ਹੁਣ ਉੱਤੇ ਰੀਖ ਖੈਰ ਹੋਵੇ ਸ਼ਾਲਾ, ਇੱਥੋਂ ਤੱਲੇ ਲਾਉਂਦੀਆਂ ਪਈਆਂ ਨਾ, ਛੇੜ ਤਾਂ ਛੇੜ ਆ ਗਏ ਨਾ, ਇੱਥੇ ਅੱਜ ਕੱਲ੍ਹ ਆਉਂਦੀਆਂ ਹੁੰਦੀਆਂ ਨਾ, ਦੂਜੇ ਦੇ ਵਿੱਚ ਬਹਾਵਾਂ ਲੱਗਾ ਰਹੇ ਕਿਉਂਕਿ ਦੂਰ ਦੂਰ ਦੇ ਇਲਾਕਿਆਂ ਦੇ 'ਚ ਘੱਟਾ ਹੈ ਥੋੜ੍ਹਾ ਥੋੜ੍ਹਾ, ਅਤੇ ਇੱਥੇ ਸਹੀ ਜਿਹਾ ਵੀਡੀਓ 'ਤੇ ਬਣਦੀ ਕਾਹ ਨਾ ਪਏ, ਬਹਰਲ ਮੋੜ ਵੀ ਨਾ ਹੋਣ ਲੱਗ ਗਏ ਇੱਥੇ, ਸਾਹਿਬ ਕੀ ਹਾਲ ਹੈ ਨਾ, ਖੈਰ ਮੇਰ ਆਉਂਦੀ, ਇਹ ਕਿੱਥੋਂ ਲਾ ਦਿੰਦੇ ਸਰ ਜੀ, ਕਿਹੜੀ ਜਗ੍ਹਾ ਤੋਂ ਆਉਂਦੀਆਂ ਨੇ? ਅੱਛਾ ਜ਼ਿਲ੍ਹਾ ਬਹਾਵਲਪੁਰ, ਇਹ ਬਹਾਵਲਪੁਰ ਵਿੱਚ ਬਹੁਤ ਬੰਦੇ ਲਾਏ ਹੁੰਦੇ, ਇਹ ਕਿਹੜਾ ਜ਼ਿਆਦਾ ਨਸਲ ਹੈ ਸਰ ਜੀ? ਸਾਰੀਆਂ ਚੋਲਿਸਤਾਨੀਆਂ, ਇਹ ਹੁਣ ਇਹਨਾਂ ਨੂੰ ਪੱਠੇ ਛੱਠੇ ਕਰਦੇ ਸੋ ਜਾਂ ਬਸ, ਹਾਂਜੀ ਵੀ ਵਰਤੇ ਮੂੰਹ ਦੇ ਚਿਹਰੇ 'ਤੇ ਵਧੀਆ ਸਾਰੀਆਂ, ਇਹ ਵੇਖੋ ਲਾਉਂਦੀਆਂ ਕਰਦੀਆਂ ਨੇ, ਦਿਹਾਤ ਦੇ ਵਿੱਚ ਟੱਪਦੀਆਂ ਭਿੰਨਾ, ਤੂੰ ਘੱਟਾ ਨਾ ਥੋੜ੍ਹਾ ਜਿਹਾ ਦਿਸਦੀ ਇਹ ਕਾਈ ਸ਼ਾਇਦ ਖਾਈ ਨਾ ਪਾਈ, ਨਹੀਂ ਤਾਂ ਮੈਂ ਤੁਹਾਨੂੰ ਸਾਰਾ ਵੀ ਖਾਊਂ, ਘੱਟੇ ਨਾਲ ਪੂਰੀਆਂ ਪਈਆਂ, ਉਹ ਹੁਣ ਰੋਡ ਕ੍ਰਾਸ ਕਰਦੀ ਪੈਂ, ਪੂਰਾ ਰੋਡ ਬਲਾਕ ਹੋਇਆ ਪਿਆ, ਛੋਟੇ ਕੀ ਹਾਲ ਹੈ ਮਾਈ, ਕੀ ਨਾਂ ਤੇਰਾ ਪੁੱਤਰ, ਨਾਂ ਕੀ ਹੈ ਤੇਰਾ? ਅਮਾਨ ਖਾਨ, ਵਾਹ ਭਾਈ ਵਾਹ, ਚੋਲੀਸਾਨੀ ਨਸਲ ਜਾਂ ਕੋਈ ਹੋਰ ਹੀ ਵਿੱਚ ਹੈ? ਹਾਂ ਦੇ ਸਿਆਂ ਜੀ ਵੀ ਵਰਤੇ ਚੈੱਕ ਕਰੋ ਸਰ, ਗੱਟਾ ਨਾ ਗੱਟੇ ਦੇ ਵਿੱਚ ਮੁੜ ਸਹੀ ਨਜ਼ਰ ਕੋਈ ਨਹੀਂ, ਦੂਜੇ ਸ਼ਹਿਰ ਤੁਸੀਂ ਗਾਂ ਆ ਗਈ ਮੈਂ ਹੁਣ ਤੁਹਾਨੂੰ ਹੋਰ ਵੀ ਕਹਿੰਦਾ, ਹਾਂਜੀ ਵੀ ਵਰਤੇ ਹੁਣ ਉਹ ਨਾ ਇਧਰਲੀ ਸਾਈਡ ਵਾਲੀ ਗਾਂ ਪਰੂ ਹੀ ਆ ਗਈ ਆ, ਅੱਗੇ ਆ ਨਾ ਮੇਰਾ ਇਧਰ ਪਿੱਛੋਂ
ਅਤੇ ਹੁਣ ਉਹ ਸਾਂਗੇ ਮੁੜੇ ਹੁਣ ਪਏ ਨਾ ਇਕੱਠੇ, ਯਾਨੀ ਕਿ ਵੱਖਰੇ ਵੱਖਰੇ ਹੋ ਜਾਂਦੇ ਨੇ। ਹੁਣ ਤਾਂ ਇਕੱਠੇ ਨੇ, ਸ਼ਾਮ ਟਾਈਮ ਨਾ ਰਾਤ ਦੇ ਆਉਂਦੇ ਵੱਖਰੇ ਵੱਖਰੇ ਹੋ ਜਾਂਦੇ, ਅਤੇ ਸ਼ਾਮ ਨੂੰ ਇਕੱਠੇ ਹੋ ਜਾਂਦੇ ਨੇ, ਯਾਨੀ ਕਿ ਚੋਰੀ ਚਾਰੀ ਨਾ ਹੋਵੇ ਇਸ ਵਜ੍ਹਾ ਨੂੰ। ਹੈ ਵਹਿੰਦੀਆਂ ਪਈਆਂ ਨੇ ਇੱਧਰ ਵੇਖੋ, ਆਹ ਪੂਰਾ ਰੋਡ ਮੰਨਣੀ ਪੈਂਦੀ ਹੈ, ਅਤੇ ਇਹ ਜਾਂਦੀਆਂ ਪਈਆਂ ਇਹ ਸਾਰੀ ਹੁਣ ਉਸ ਰੋਡ ਤੋਂ ਬੰਦੀ ਅਗਾਂਹ ਜਾ ਸੰਟਾ ਕੁਝ ਉਦੋਂ ਵੱਗ ਗਈਆਂ ਇਹ ਆ ਅਤੇ ਇਹ ਹੋ ਗਿਆ ਇਹ ਬਾਬੇ ਹੋਰੀ ਪਿੱਛੋਂ ਵਹਿੰਦ ਪੈ। ਅੱਛਾ ਹੋਰ ਤਾਂ ਇੱਥੇ ਨਵਾਂ ਹੈਡ ਆ, ਇੱਥੇ ਆਈ ਅੱਗੇ ਮੱਛਲੀਆਂ ਵਗੈਰਾ ਸਾਰਾ ਕੁਝ ਹੁੰਦਾ ਹੈ, ਅਤੇ ਹੁਣ ਸਾਰੀਆਂ ਪੱਟ ਟੁੱਟ ਗਏ ਜਿਹੜਾ ਨਾ ਕੋਈ ਵੱਡਾ ਅਫਸਰ ਆਇਆ ਤਾਂ ਉਹ ਸਾਰੀਆਂ ਫੜਾ ਦਿੱਤੀਆਂ। ਅੱਛਾ ਅਗਰ ਇਹ ਤੁਹਾਨੂੰ ਮੇਰਾ ਵਲੌਗ ਆ ਜਾਵੇ ਪਸੰਦ ਤਾਂ ਤੁਸੀਂ ਆਪਦਾ ਫੀਡਬੈਕ ਜ਼ਰੂਰ ਦੇਣਾ, ਅਤੇ ਆਇਆ ਕਿ ਤੁਹਾਨੂੰ ਮੇਰਾ ਵਲੌਗ ਪਸੰਦ ਆਇਆ ਨਹੀਂ ਆਇਆ। ਤਾਂ ਅਗਰ ਮੇਰੇ ਚੈਨਲ 'ਤੇ ਨਵੇਂ ਹੋ ਤਾਂ ਮਿਹਰਬਾਨੀ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ, ਮੇਰੇ ਨਾਲ ਹੀ ਤੁਸੀਂ ਮੇਰੀ ਇਜਾਜ਼ਤ ਵਲੌਗ ਨਾਲ।